ब्रेक तो बाद एक बार फिर थोड़ा स्वागत है ते असी अपने दर्शकों नूं एक बार फिर कहना चाहुंदे हां कि जिहड़े साडे दर्शक साडे नाल लाइव जुड़ना चाहुंदे ने इस प्रोग्राम विच तां थले स्क्रीन ते दित्ते नंबर से सानूं कॉन्टैक्ट कर सकदे ने। जे खुशहाल सिंह जी तो कोई सवाल पूछना चाहुंदे ने, अपने कोई विचार साझा करना चाहुंदे ने ते सानूं लाइव कॉन्टैक्ट कर सकदे ने। ते खुशहाल सिंह जी, असीं गल कर रहे सी खिडारियां बारे कि उहनां नूं 2.5 करोड़ रुपए की राशि दी गई सी। हाँ जी, ऐलान किया गया। हाँ जी, ऐलान किया गया। तो मतलब जिस तरह पहले क्या फैसला तो कोई माड़ा नहीं है, ठीक है, क्योंकि डिजर्व करते सारे को बहुत ज़्यादा, क्योंकि असी देखिया पहला जी सा खेड नीति हैगी है कि ये जी हाकी है भावें साडे देश की राष्ट्रीय खेड है जी, परंतु पैसा है जिहड़ा वो जिहड़ा वख-वख कंपनियां इन्वेस्ट करदियां जां उहदे ते लाउंदियां है वो क्रिकेट ते पैसा लगता है, क्रिकेट खिडारियों नूं पैसे मिलते हैं। तो हाकी काफ़ी समय तो जिहड़ी आ दबी हुई खेड सीगी, तो इहदे विच वी असीं देखिया कि जे पटनायक साहब ना इहनूं करदे। संगत लाइव तुहाडा स्वागत है, अपना नाम दस्सो। हां जी, सत श्री अकाल जी, मैं गौरव सिंह बोल रहा बरफड़ तों। जी सत श्री अकाल जी। देखो मैं एक दो गल्लां करनियां सीगियां ते मेरा एक सवाल भी सीगा। देखो जिस दिन तो अपना किसान अंदोलन शुरू होया उस दिन तो तुसीं देख लो कि हुण तक 3,700 तों वध मौतां हो चुकी हैं। मैं तो कई देखिया अपने किसानां दी एक स्टेज दे मूहरे खड़ के एक किसान ने जहर पीता उत्थे, ते फिर भी देखो गवर्नमेंट ते कोई असर नहीं पै रहा। हां जी, दूजी गल मैं ये करनी चाहता सीगा कि मन लो चलो कानून बंद रद्द भी हो जाते हैं, ठीक है जी, हो जाए वधिया चंगी गल है, साडे बजुर्ग बैठे आ दिल्ली बॉर्डर ते, कानून रद्द भी हो जाना कि कानून रद्द होण तो बाद किसानां दीआं खुशियां मुक जाणगीआं, किसानां दे कर्जे जिहड़े हैगे आ उह माफ हो जाऊंगे, जां ਉਹਨਾਂ ਨੇ ਇਹ ਜੇ ਰੱਦ ਕਰਕੇ ਉਸ ਤੋਂ ਹੋਰ ਉੱਪਰ ਕੋਈ ਨਵੇਂ ਹੋਰ ਕਾਨੂੰਨ ਉਹ ਤਾਂ ਆਲਰੇਡੀ ਬਣਾ ਛੱਡੇ ਆ ਉਹਨਾਂ ਨੇ ਪਹਿਲਾਂ ਹੀ। ਇਹਨਾਂ ਦੀ ਤੇ ਕਹਿਣ ਦਾ ਮਤਲਬ ਕਿ ਜਿੱਥੇ ਤੱਕ ਹੁਣ ਦੇਖ ਰਹੀ ਹਾਂ ਜਿਸ ਹਿਸਾਬ ਨਾਲ ਚੱਲ ਰਿਹਾ ਮੋਰਚਾ ਕਿਸਾਨੀ ਮੋਰਚਾ, ਮੈਨੂੰ ਨੀ ਲੱਗਦਾ ਕੋਈ ਕੋਈ ਹੱਲ ਨਿਕਲੂਗਾ। ਤੇ ਦੇਖ ਲਓ ਲਗਭਗ ਸਾਲ ਹੀ ਹੋ ਚੱਲਿਆ ਹੈ ਜੀ, ਤੇ ਸਾਨੂੰ ਸਾਨੂੰ ਹੁਣ ਮੈਨੂੰ ਨੀ ਲੱਗਦਾ ਵੀ ਕੋਈ ਨਤੀਜਾ ਨਿਕਲੂਗਾ, ਕਿਉਂਕਿ ਗੌਰਮੈਂਟ ਜਿਹੜੀ ਆ ਉਹ ਇੱਕ ਥਾਂ ਅੜੀ ਹੋਈ ਆ, ਉਹ ਬਸ ਇੱਕੋ ਰਟਲਾ ਰੱਖਦੀ ਵੀ ਤੁਸੀਂ ਮਾੜਾ ਮੋਟਾ ਬਦਲਾਅ ਕਰਾ ਲਓ ਤੇ ਅਸੀਂ ਕਾਨੂੰਨ ਜਿਹੜੇ ਆ ਰੱਦ ਨੀ ਕਰਾ ਸਕਦੇ। ਫਿਰ ਬਾਕੀ ਅਖੀਰ ਚ ਮੈਂ ਤਾਂ ਗੱਲ ਇਹੀ ਕਰਨੀ ਹੈ ਕਿ ਜਿਹੜੇ ਸਾਡੇ ਲੀਡਰ ਆ ਉੱਥੇ ਰਾਜੇ ਵਾਲਾ ਜਾਂ ਹੋਰ ਜਿਹਨਾਂ ਨੂੰ ਅਸੀਂ ਕਾਮਰੇਡ ਵੀ ਕਹਿੰਦੇ ਆ, ਪੰਜਾਬ ਦੇ ਕਿਸਾਨਾਂ ਦੇ ਲਗਭਗ 150 ਤੋਂ ਵੱਧ ਟਰੈਕਟਰ ਜਿਹੜੇ ਆ ਉਹ ਦਿੱਲੀ ਥਾਣਿਆਂ ਦੇ ਵਿੱਚ ਖੜੇ ਆ, ਉਹਨਾਂ ਨੂੰ ਕੋਈ ਨੀ ਛਡਾ ਰਿਹਾ, ਨਾ ਕਿਸਾਨੀ ਲੀਡਰ ਛਡਾ ਰਹੇ ਨਾ ਕੋਈ ਹੋਰ ਛਡਾ ਰਿਹਾ। ਫਿਰ ਜਿਹੜੇ ਆਪਣੇ ਕਿਸਾਨ ਦਿੱਲੀ ਜੇਲ੍ਹਾਂ 'ਚ ਬੰਦ ਸੀ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਛਡਾ ਰਹੀ ਆ, ਕਿਸਾਨੀ ਲੀਡਰ ਉਹ ਕੋਈ ਨੀ ਉਹਨਾਂ ਨੂੰ ਮਾਰ ਕੇ ਛਡਾ ਰਿਹਾ, ਉਹ ਗੁਰਦੁਆਰਾ ਕਮੇਟੀ ਛਡਾ ਰਹੀ ਆ। ਤੇ ਕਿਤੇ ਨਾ ਕਿਤੇ ਜਿਹੜੇ ਮੋਹਰੇ ਲੀਡਰ ਲੱਗੇ ਹੋਏ ਆ ਰਾਜੇਵਾਲ ਜਾਂ ਹੋਰ ਕਾਮਰੇਡ ਲੱਗੇ ਹੋਏ ਆ ਇਹਨਾਂ ਦੇ ਉੱਪਰ ਵੀ ਸਵਾਲ ਉੱਠਦਾ ਆ, ਇਹ ਇਹ ਕਿਤੇ ਅੰਦਰ ਖਾਤੀ ਸਰਕਾਰ ਨਾਲ ਤਾਂ ਨੀ ਰਲ ਕੇ ਚੱਲ ਰਹੇ। ਬਿਲਕੁਲ ਮੈਡਮ ਰੋਹੀ ਜੀ, ਜਿਹੜਾ ਪਾਠ ਆਪਣੇ ਸਵਾਲ ਕੀਤਾ ਹੈਗਾ ਦਰਸ਼ਕਾਂ ਨੇ, ਇਸ਼ੂ ਹੈਗਾ ਕਿਸਾਨਾਂ, ਇੱਕ ਤਾਂ ਜਿਹੜਾ ਸੰਘਰਸ਼ ਆ ਉਹ ਲੰਮਾ ਚੱਲਿਆ, ਸੰਘਰਸ਼ ਤਾਂ ਲੰਮਾ ਕਿਉਂਕਿ ਖੇਤੀ ਦੇ ਸੰਘਰਸ਼ ਜਦੋਂ ਪਹਿਲਾਂ ਵੀ ਚੱਲੇ ਆ, ਅੰਗਰੇਜ਼ਾਂ ਵੇਲੇ ਵੀ ਚੱਲੇ ਆ, 100 ਸਾਲ ਪਹਿਲਾਂ ਚੱਲੇ ਆ, ਉਹ ਵੀ ਕਾਫ਼ੀ ਲੰਮੇ ਸੰਘਰਸ਼ ਚੱਲੇ ਆ, ਕਿਉਂਕਿ ਇਹ ਕੋਈ ਐਡਾ ਸੌਖਾ ਕੰਮ ਨਹੀਂ ਹੁੰਦਾ, ਕੋਈ ਮੋਦੀ ਸਰਕਾਰ ਦਾ ਦੇ ਨਾਲ ਕੋਈ ਕਾਨੂੰਨ ਬਣਾਉਣ ਤੱਕ ਨਹੀਂ, ਇਹ ਇੰਟਰਨੈਸ਼ਨਲ ਇੱਕ ਰੁਝਾਨ ਹੈਗਾ ਆ, ਕਿਉਂਕਿ ਤੁਸੀਂ ਇੱਕ ਕਾਰਪੋਰੇਟ ਜਿਹੜਾ ਵਰਤਾਰਾ ਹੈ ਉਹਨੂੰ ਚੈਲੇਂਜ ਕਰਨਾ ਹੈਗਾ ਆ, ਇਕੱਲੇ ਮੋਦੀ ਜਾਂ BJP ਦੀ ਗੱਲ ਨਹੀਂ ਹੈਗੀ, ਇੱਥੇ ਬਹੁਤ ਜਿਹੜੇ ਵਰਲਡ ਫਨੋਮਨਾ ਹੈਗਾ ਉਹਦੇ ਨਾਲ ਟਕਰਾਅ ਹੈਗਾ, ਮਾਡਲ ਨਾਲ ਟਕਰਾਅ ਹੈਗਾ ਆ। ਲੇਕਿਨ ਜਿਹੜੇ ਕਿਸਾਨਾਂ ਨੇ ਬਹੁਤ ਵੱਡੀ ਪ੍ਰਾਪਤੀ ਕੀਤੀ ਹੈਗੀ ਹੈ ਕਿ ਇਹਨੂੰ ਪਹਿਲਾਂ ਕਦੀ ਜਿਹੜੇ ਲੋਕਾਂ ਦੇ ਮੁੱਦੇ ਹੈ ਉੱਥੇ ਸਰਕਾਰਾਂ ਦੇ ਜਾਂ ਪੋਲੀਟੀਕਲ ਪਾਰਟੀਆਂ ਲਈ ਕੇਂਦਰਿਤ ਰਹੇ ਨਹੀਂ, ਉਹ ਉਹ ਕਾਮਯਾਬ ਹੋਇਆ ਆਪਣਾ ਧਿਆਨ ਖਿੱਚਣ ਦੇ ਵਿੱਚ, ਉਹਨਾਂ ਨੇ ਜਦੋਂ ਪੈਰਲਲ ਸੰਸਦ ਲਾਈ ਤਾਂ ਸਾਰਾ ਮੀਡੀਆ ਇੰਟਰਨੈਸ਼ਨਲ ਮੀਡੀਆ ਉਹਨਾਂ ਨੂੰ ਕੇਂਦਰ ਕਵਰ ਕਰ ਰਿਹਾ ਸੀਗਾ, ਇਹ ਬਹੁਤ ਵੱਡੀ ਮੈਂ ਕਹਿੰਦਾ ਉਹਨਾਂ ਦੀ ਪ੍ਰਾਪਤੀ ਹੈ। ਜਿੱਥੋਂ ਤੱਕ ਉਹਨਾਂ ਦੇ ਵਿੱਚ ਵੱਖ ਵੱਖ ਵਿਚਾਰਧਾਰਾਵਾਂ ਦੀ ਗੱਲ ਕਰਦੇ ਹਾਂ,
एक तो मेरे ख्याल दर्शक जड़े बोल रहे थे उन्होंने ज़्यादा जमीनी हकीकतों का पता नहीं है कि राजेवाल साहब कामरेड ना किसी पार्टी संबंधित ने ते ना उन्हां दी धिर धिर नाल ने एक वक्खरा पैरल हुंदा आ जिहड़ा किसान यूनियन का एक ग्रुप सीगा मिंदर सिंह टकैत तो वेले तो आया सीगा ते वह 84 दे नेड़े तेड़े वह होंद च आया सीआं दे विच ते वह वक्खरा ग्रुप है कामरेडां दीआं वी 7-8 इहदे च जथेबंदियां हैगियां संयुक्त मोर्चे दे विच लेकिन राजेवाल कामरेड नहीं हैगे वह अमृतधारी सिख ने वह नितनेमी सिख ने उन्हां दे विच उन्हां दे कोल पोलिटिकल पैंतड़ा गलती हो सकदा है क्योंकि कोई उन्हां दा परसनल तां प्रोग्राम है नहीं गा वह 31-32 यूनियनां बैठ के फैसला करदियां ने राजेवाल साहब की कोई उत्थे वड्डे कल्ले की कोई बुकत नहीं हैगी वह बुलारा आ सिर्फ जिहड़ा 32 जथेबंदियां ने पास करता कोई मसला उन्हूं ही उभार सकते हैं राजेवाल साहब अपनी मर्जी नाल कुछ नहीं कर सकते ये जिहड़े अंदर जाणदे उन्हां नूं पता आ राजेवाल तां अपनी मर्जी दे नाल किसे टीवी नूं चैनल नूं इंटरव्यू नहीं दे सकते जिन्ना चिर उत्थे हैगे आ जिन्ना चिर संयुक्त मोर्चे दे विच हैगे आ सो इस तरह नहीं हैगा दूजी गल है कि जिहड़ा ट्रैक्टर दी उन्होंने छडाउण दी गल कीती आ इहदे विच वड्डी जिहड़ी है जिहड़ी उहदी हैगी आ रकम ਉਹਦੀ ਭਰੀ ਹੈਗੀ ਜਮਾਨਤਾਂ ਦੀ ਉਹ ਕਿਸਾਨ ਮੋਰਚੇ ਨੇ ਭਰੀ ਹੈ ਹਾਂ ਉਹਦੇ ਵਿੱਚ ਸ਼੍ਰੋਮਣੀ ਜਿਹੜੀ ਦਿੱਲੀ ਗੁਰਦੁਆਰਾ ਸਿੱਖ ਕਮੇਟੀ ਹੈ ਉਹਨੇ ਵੀ ਬੜੀ ਵਕੀਲਾਂ ਦੇ ਪੈਨਲਾਂ ਨਾਲ ਹੋਰ ਵੀ ਸਮਾਜ ਸੇਵੀ ਜਥੇਬੰਦੀਆਂ ਨੇ ਜਿਹੜੀ ਉਹਨਾਂ ਦੀ ਮਦਦ ਕੀਤੀ ਹੈ ਤੇ ਕੁਝ ਟੈਕਨੀਕਲ ਗੱਲਾਂ ਕਰਕੇ ਹਾਲੇ ਮਸਲੇ ਪਏ ਨੇ ਤੇ ਉਹ ਵੀ ਹੱਲ ਹੋ ਸਕਦੇ ਆ ਕੁਛ ਕੁਛ ਦੀ ਪ੍ਰੋਬਲਮ ਹੁੰਦੀ ਹੈ ਕਿਉਂਕਿ ਜਦੋਂ ਕੇਸ ਰਜਿਸਟਰਡ ਹੋ ਜਾਂਦੇ ਆ ਤਾਂ ਇੱਕ ਪ੍ਰੋਸੀਜਰ ਪ੍ਰਕਿਰਿਆ ਰਾਹੀਂ ਜਿਹੜੇ ਆ ਉਹ ਬਾਹਰ ਆਉਣੇ ਹੁੰਦੇ ਆ ਕਈ ਵਾਰੀ ਜਿਹੜੇ ਵਾਹਨ ਗਏ ਆ ਉਹਨਾਂ ਦੇ ਕਾਗਜ਼ ਪੂਰੇ ਨਹੀਂ ਹੁੰਦੇ ਬਹੁਤ ਸਾਰੇ ਮਸਲੇ ਹੁੰਦੇ ਆ ਜਿਸ ਕਰਕੇ ਉਹ ਰਹਿ ਗਏ ਆ ਤਾਂ ਉਹ ਇੱਕ ਜਿਹੜਾ ਆ ਉਹ ਮੇਰੇ ਖਿਆਲ ਇਸ਼ੂ ਹੈਗਾ ਆ ਉਹ ਕਿਉਂਕਿ ਉੱਥੇ ਚਲੇ ਗਿਆ ਟਰੈਕਟਰ ਥਾਣਿਆਂ 'ਚ ਬੰਦ ਹੋ ਗਿਆ ਕਿਸੇ FIR ਦੇ ਵਿੱਚ ਉਹਨਾਂ ਦਾ ਨਾਂ ਆ ਗਿਆ ਆ ਅਤੇ ਉਹ ਇੱਕ ਪ੍ਰੋਸੀਜਰ ਰਾਹੀਂ ਛੱਡੇ ਜਾ ਸਕਦੇ ਆ ਉਹਦਾ ਇੱਕ ਵੱਖਰਾ ਆਪਣਾ ਜਿਹੜਾ ਹੈਗਾ ਬਾਕੀ ਉੱਥੇ ਅਸੀਂ ਕਹਿੰਦੇ ਕਿ ਕਿਸਾਨਾਂ ਦਾ ਬਹੁਤ ਵੱਡਾ ਜਿਹੜਾ ਆ ਐਜੀਟੇਸ਼ਨ ਹੈ ਇਹਨਾਂ ਦਾ ਪੋਲੀਟੀਕਲ ਅਸਰ ਹੋ ਰਿਹਾ ਆ ਇਹ ਕਹਿਣਾ ਕਿ ਉਹਨਾਂ ਦਾ ਅਸਰ ਨਹੀਂ ਹੋ ਰਿਹਾ ਕਾਨੂੰਨ ਸਰਕਾਰ ਲੰਮਾ ਲੈ ਕੇ ਜਾ ਸਕਦੀ ਆ ਪਰ ਇਹ ਕਾਨੂੰਨ ਹੁਣ ਪੰਜਾਬ 'ਚ ਨਹੀਂ ਭਾਰਤ 'ਚ ਨਹੀਂ ਲਾਗੂ ਹੋ ਸਕਦੇ ਕਿਤੇ ਕਿਉਂਕਿ ਜਿਸ ਤਰੀਕੇ ਨਾਲ UP ਦੇ ਵਿੱਚ ਜਾਂ ਹੋਰ ਬਾਹਰ ਐਜੀਟੇਸ਼ਨ ਫੈਲ ਗਈ ਹੈ ਤਾਂ ਇਸ ਤੋਂ ਪਹਿਲਾਂ ਤਾਂ ਕਦੀ ਇਤਿਹਾਸ ਵਿੱਚ ਹੋਇਆ ਹੀ ਨਹੀਂ ਕਿ MSP ਬਾਰੇ ਬਾਹਰਲੀਆਂ ਸਟੇਟਾਂ ਨੂੰ ਪਤਾ ਲੱਗਿਆ ਹੋਵੇ ਹੁਣ ਬਾਹਰਲੀਆਂ ਸਟੇਟਾਂ ਦਾ ਤਾਂ ਇਸੇ 'ਤੇ ਧਿਆਨ ਹੈ ਕਿ ਅਸੀਂ ਕਿਸੇ ਨਾ ਕਿਤੇ ਜਿਹੜੇ ਹੈਗਾ ਆ ਕੀਮਤਾਂ ਨੇ ਉਹ ਨਿਰਧਾਰਿਤ ਕਰਾ ਲਈਏ ਇਹੀ ਹੋਣਾ ਹੈਗਾ ਅਤੇ ਬਾਕੀ ਆ ਜਿਹੜਾ ਐਜੀਟੇਸ਼ਨ ਹੈ ਲੰਮੀ ਚੱਲੇਗੀ ਅਤੇ ਅਸੀਂ ਤਾਂ ਆਸਵੰਦ ਆ ਕਿ ਜ਼ਰੂਰ ਕੋਈ ਨਾ ਕੋਈ ਇਹਦਾ ਇਫੈਕਟ ਆਉਣ ਵਾਲੇ ਸਮੇਂ 'ਚ ਪਏਗਾ ਸਰ ਅਤੇ ਅਗਲੀ ਖਬਰ ਹੈ ਕਿ ਓਲੰਪਿਕ ਤੋਂ ਪੰਜਾਬ ਵਿੱਚ ਜਿਹੜੇ ਪਰਤੇ ਸਾਡੇ ਖਿਡਾਰੀ ਨੇ ਉਹਨਾਂ ਦਾ ਬਹੁਤ ਹੀ ਸ਼ਾਨਦਾਰ ਸਵਾਗਤ ਕੀਤਾ ਗਿਆ ਗੁਰੂ ਰਾਮਦਾਸ ਏਅਰਪੋਰਟ ਦੇ ਉੱਤੇ ਅਤੇ ਨਾਲ ਹੀ SGPC ਨੇ 1 ਕਰੋੜ ਰੁਪਏ ਦਾ ਇਨਾਮ ਰਾਸ਼ੀ ਵੀ ਦੇਣ ਦਾ ਐਲਾਨ ਕੀਤਾ ਹੈ ਬਿਲਕੁਲ ਜੀ ਜਿਹੜਾ ਆ ਉਹਨਾਂ ਦਾ ਸਵਾਗਤ ਤਾਂ ਬਣਦਾ ਹੀ ਸੀਗਾ ਕਿਉਂਕਿ ਸਾਡੇ ਪੰਜਾਬ ਦੇ ਜਾਂ ਸਾਡੇ ਖਿੱਤੇ ਦੇ ਅਸਲ 'ਚ ਕਹਿੰਦੇ ਜਿਹੜਾ ਹਰਿਆਣਾ ਉਹ ਵੀ ਪੰਜਾਬ ਦਾ ਹਿੱਸਾ ਆ ਮਾਂ ਪੰਜਾਬ ਦੇ ਵਿੱਚੋਂ ਹੀ ਆ ਸਾਰੇ ਅਤੇ ਇੱਕ ਵੱਡੀ ਗੱਲ ਹੈ ਕਿ 50% ਤੋਂ ਉੱਤੇ ਜਿਹੜੇ ਖਿਡਾਰੀ ਹੈ ਉਹ ਸਾਡੇ ਪੁਰਾਣੇ ਪੰਜਾਬ ਦੇ ਹੀ ਹੈ ਇਹਨਾਂ ਦੇ ਓਲੰਪਿਕ ਦੇ ਵਿੱਚ ਅਤੇ ਜਿਨ੍ਹਾਂ ਸਟੇਟਾਂ ਦੇ ਵਿੱਚੋਂ ਪ੍ਰਧਾਨ ਮੰਤਰੀ ਆਏ ਆ ਉੱਥੋਂ ਕੋਈ ਖਿਡਾਰੀ ਨਹੀਂ ਅਤੇ ਇਸ ਤੋਂ ਪਤਾ ਲੱਗਦਾ ਕਿ ਸਾਡੇ ਪ੍ਰਧਾਨ ਮੰਤਰੀ ਦੇ ਆਪਣੇ ਸਟੇਟ ਦੇ ਵਿੱਚ ਖੇਡ ਪ੍ਰੇਮੀ ਕਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਨੀਤੀਆਂ ਹੈਗੀਆਂ ਇਹ ਸਾਡੇ ਸਾਹਮਣੇ ਹੈਗਾ ਦੂਜੀ ਗੱਲ ਹੈ ਕਿ ਉੱਥੇ ਜਿਹੜਾ ਸਵਾਗਤ ਹੋਇਆ ਉਹ ਪੰਜਾਬੀਆਂ ਦਾ ਸੁਭਾਅ ਵੀ ਹੈ ਉਹ ਉਹਨਾਂ ਦਾ ਇੱਕ ਉਹਦੇ ਵਿੱਚੋਂ ਵੀ ਹੈਗਾ ਆ ਅਤੇ ਕਰਨਾ ਬਣਦਾ ਵੀ ਆ ਉਹ ਅਧਿਕਾਰੀ ਵੀ ਹੈਗੇ ਆ ਸਵਾਗਤ ਦੇ ਜਿੱਥੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 1 ਕਰੋੜ ਰੁਪਏ ਦੇਣ ਦਾ ਸਵਾਲ ਹੈਗਾ ਆ ਮੈਨੂੰ ਨਹੀਂ ਲੱਗਦਾ ਕਿ 1 ਕਰੋੜ ਰੁਪਏ ਦੇਣ ਨਾਲ ਖਿਡਾਰੀਆਂ ਨੂੰ ਕੋਈ ਸ਼੍ਰੋਮਣੀ ਕਿਹੜਾ ਬਹੁਤਾ ਫਰਕ ਪਏਗਾ ਇਹ ਸ਼੍ਰੋਮਣੀ ਕਮੇਟੀ ਨੇ ਆਪਣਾ ਪੋਲੀਟੀਕਲ ਜਿਹੜਾ ਇਮੇਜ਼ ਉਭਾਰਨ ਵਾਸਤੇ ਕੀਤਾ ਹੈਗਾ ਆ ਮੈਨੂੰ ਨਹੀਂ ਲੱਗਦਾ ਕਿ ਫੀਲਡ ਹੈ ਸ਼੍ਰੋਮਣੀ ਕਮੇਟੀ ਦਾ ਫੀਲਡ ਨਹੀਂ ਹੈਗਾ ਉਹਨਾਂ ਨੂੰ ਆਪਣੇ ਫੀਲਡ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਆ ਕੋਈ ਉਸ ਤਰ੍ਹਾਂ ਦਾ ਕਹਿ ਦਈਏ ਅਸੀਂ ਉਹਨਾਂ ਖਿਡਾਰੀਆਂ ਨੂੰ ਜਿਹੜੇ ਆ ਇਨਾਮ ਦੇਵਾਂਗੇ ਉਤਸ਼ਾਹਿਤ ਕਰਾਂਗੇ ਜਿਹੜੇ ਕੇਸ ਰੱਖਦੇ ਆ ਜਾਂ ਸਰੂਪ ਦੀ ਸੰਭਾਲ ਰੱਖਦੇ ਆ ਅਤੇ ਫਿਰ ਤਾਂ ਠੀਕ ਹੈ ਨਹੀਂ ਊਂ ਫਿਰ ਇੱਕ ਖਿਡਾਰੀ ਨੂੰ ਦੇ ਤਾ ਤੁਸੀਂ ਬਾਕੀਆਂ ਨੂੰ ਨਾਲ ਵਿਤਕਰਾ ਹੋ ਜੂਗਾ ਔਰ ਤੁਸੀਂ ਦੇ ਵੀ ਨਹੀਂ ਸਕਦੇ ਤੁਹਾਡੇ ਕੋਲ ਇੰਨਾ ਬਜਟ ਨਹੀਂ ਹੈਗਾ ਸੰਗਤਾਂ ਦਾ ਪੈਸਾ ਆ ਇੰਨਾ ਆਪਣੇ ਜਾਂ ਆਪਣੇ ਜਿਹੜੇ ਸਿਆਸੀ ਆਗੂ ਹੈ ਆਕਾ ਹੈਗੇ ਉਹਨਾਂ ਦੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਇਸ ਤਰ੍ਹਾਂ ਦੇ ਫੈਸਲੇ ਕਰ ਲੈਂਦੀਆਂ ਸ਼੍ਰੋਮਣੀ ਕਮੇਟੀ ਵੀ ਕਰ ਲੈਂਦੀ ਆ ਮੈਨੂੰ ਲੱਗਦਾ ਨਹੀਂ ਕਿ ਦਰੁਸਤ ਫੈਸਲਾ ਨਹੀਂ ਕਿਉਂਕਿ ਇਹ ਲੰਮੇ ਸਮੇਂ ਵਾਸਤੇ ਇਹਨੂੰ ਜਾਰੀ ਨਹੀਂ ਰੱਖਿਆ ਜਾ ਸਕਦਾ ਜੀ
ਤੇ ਹੁਣ ਜਿਹੜੀ ਅਗਲੀ ਖਬਰ ਹੈ ਉਹ ਇਹ ਹੈ ਕਿ 4-5 ਚੈਨਲ ਬੰਦ ਹੋ ਗਏ ਨੇ ਫੇਸਬੁੱਕ ਤੋਂ ਤੇ ਇਹ ਕੀ ਮੁੱਦਾ ਹੋਇਆ ਕਿ ਇਸ ਤੋਂ ਪਹਿਲਾਂ ਵੀ ਇੱਕ ਕੇਸ ਆਇਆ ਸੀ ਰਾਣਾ ਕੰਦੋਵਾਲੀਆ ਦਾ ਜਿਹੜਾ ਬਹੁਤ ਹੀ ਮੰਨਿਆ ਪਰਮੰਨਿਆ ਗੈਂਗਸਟਰ ਸੀਗਾ ਉਹਦਾ ਕਤਲ ਕਰ ਦਿੱਤਾ ਗਿਆ ਸੀਗਾ 6 ਜਾਂ 7 ਤਰੀਕ ਨੂੰ ਅੰਮ੍ਰਿਤਸਰ ਵਿੱਚ ਕੇਡੀ ਹਸਪੀਟਲ ਦੇ ਵਿੱਚ ਉਸ ਤੋਂ ਬਾਅਦ ਜਿਹੜੇ ਉਹਦੇ ਸਾਥੀ ਸੀ ਉਹਨਾਂ ਨੇ ਫੇਸਬੁੱਕ ਤੇ ਇਹ ਲਿਖਿਆ ਸੀਗਾ ਬਹੁਤ ਹੀ ਮਤਲਬ ਇਹ ਹੈ ਕਿ ਕਿਵੇਂ ਲੋਕ ਬਿਲਕੁਲ ਬੇਬਾਕ ਹੋ ਕੇ ਬੋਲਦੇ ਨੇ ਲਿਖਦੇ ਨੇ ਉਹਨਾਂ ਨੇ ਲਿਖਿਆ ਕਿ 21 ਤੋਂ 31 ਕਰਕੇ ਮੋੜਾਂਗੇ ਅਸੀਂ ਤੇ ਹੁਣ ਇਹ ਜਿਹੜੀ ਖਬਰ ਆ ਰਹੀ ਕਿ 4-5 ਚੈਨਲ ਬੰਦ ਕਰ ਦਿੱਤੇ ਗਏ ਨੇ ਫੇਸਬੁੱਕ ਤੇ ਇਹਦਾ ਕੀ ਮੁੱਦਾ ਹੈ? ਇਹ ਮੁੱਦਾ ਇਸ ਤਰ੍ਹਾਂ ਜੀ, ਪਹਿਲਾਂ ਤਾਂ ਅਸੀਂ ਲਈਏ ਕਿ ਜਿਹੜਾ ਪੰਜਾਬ ਦੇ ਵਿੱਚ ਗੈਂਗਸਟਰ ਦਾ ਰਵੱਈਆ ਹੈਗਾ ਆ ਜਾਂ ਵਰਤਾਰਾ ਹੈਗਾ ਆ ਜੀ, ਉਹ ਹੈਗਾ ਆ ਕਿਉਂਕਿ ਸਟੇਟ ਕਾਹਦੇ 'ਤੇ ਚੱਲਦੀ ਆ, ਸਟੇਟ ਦੇ ਕੋਲ ਇੱਕ ਆਪਣਾ ਇੱਕ ਪ੍ਰਭਾਵ ਹੁੰਦਾ ਆ, ਡਰ ਹੁੰਦਾ ਆ ਜਨਤਾ ਦੇ ਵਿੱਚ ਜੀ ਸਟੇਟ ਦਾ, ਉਹ ਜੇ ਡਰ ਖਤਮ ਹੋਏ ਉਹਨੂੰ ਅਨਾਰਕੀ ਕਹਿੰਦੇ ਨੇ। ਹੁਣ ਕੀ ਹੈ ਕਿ ਸਟੇਟ ਦੇ ਵਿੱਚ ਦਾ ਜਿਹੜਾ ਡਰ ਹੈ ਉਹ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ। ਖਤਮ ਕਿਉਂ ਹੋ ਰਿਹਾ? ਕਿਉਂਕਿ 86 ਲੋਕ ਜਿਹੜੇ ਸਟੇਟ ਚਲਾਉਂਦੇ ਆ ਉਹੀ ਜਿਹੜੀ ਹੈ ਇਹਨਾਂ ਦੀ ਵਰਤੋਂ ਕਰਦੇ ਆ, ਗੈਂਗਸਟਰਾਂ ਦੀ ਵਰਤੋਂ ਕਰਦੇ। ਅਸੀਂ ਦੇਖਿਆ ਆ ਕਿ ਜਿਹੜੇ ਵੱਡੇ ਗੈਂਗਸਟਰ ਨੇ ਉਹ ਵੱਡੀਆਂ ਪਾਰਟੀਆਂ ਦੇ ਸਰਪ੍ਰਸਤੀ ਹੇਠ ਚੱਲਦੇ ਆ। ਪਹਿਲਾ ਕੁਝ ਗੈਂਗਸਟਰ ਜਿਨ੍ਹਾਂ ਦੀ ਸਰਪ੍ਰਸਤੀ ਅਕਾਲੀ ਦਲ ਕਰਦਾ ਆ ਤੇ ਕੁਝ ਗੈਂਗਸਟਰ ਹੈ ਜਿਨ੍ਹਾਂ ਦੀ ਸਰਪ੍ਰਸਤੀ ਕਾਂਗਰਸ ਦੇ ਵੱਡੇ ਨੇਤਾ ਕਰਦੇ ਆ, ਤੇ ਹੁਣ ਜਦੋਂ ਪੋਲੀਟੀਕਲੀ ਸਰਪ੍ਰਸਤੀ ਹੋਏਗੀ ਤੁਹਾਡੀ ਤੇ ਉਹਨਾਂ ਦਾ ਡਰ ਖਤਮ ਹੋ ਜਾਂਦਾ। ਉਹ ਫਿਰ ਵਰਤੋਂ ਉਹਨਾਂ ਨੇ ਕਰਨੀ ਆ ਸੋਸ਼ਲ ਮੀਡੀਆ ਦੀ, ਉਹ ਸੋਸ਼ਲ ਮੀਡੀਆ ਨੂੰ ਅਸੀਂ ਦੇਖਿਆ ਕਿ ਜੇਲ੍ਹਾਂ ਵਿੱਚ ਬੈਠੇ ਬੰਦੇ ਜਿਹੜੇ ਆ ਕਿਉਂਕਿ ਸਮਰੱਥ ਹੈ, ਉਹਨਾਂ ਕੋਲ ਪੈਸਾ ਆ, ਪਾਵਰ ਹੈ, ਪੈਸਾ ਆ ਉਹਨਾਂ ਕੋਲ, ਤੇ ਉਹ ਜਿਹੜੇ ਤੁਹਾਡਾ ਤੁਹਾਡਾ ਸਾਰਾ ਸਿਸਟਮ ਹੈ ਅੰਦਰੋਂ ਖਰੀਦ ਲੈਂਦੇ ਆ। ਆਫਟਰ ਆਲ ਬੰਦੇ ਹੀ ਆ ਨਾ ਸਾਡੇ ਤੇ ਜਿਹੜੇ ਉੱਥੇ ਉਹਨਾਂ ਦੇ ਜੇਲ੍ਹ ਵਾਰਡਨ ਨੇ ਜਾਂ ਉੱਥੇ ਡਿਊਟੀ ਕਰਦੇ ਆ ਉਹ ਉਹਨਾਂ ਨੂੰ ਪੈਸੇ ਦੇ ਦਿੰਦੇ ਆ ਤੇ ਉਹ ਅੰਦਰ ਉਹ ਜਿਹੜੀ ਹੈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ, ਜੇਲ੍ਹਾਂ ਦੇ ਵਿੱਚ ਵੀ ਕਰਦੇ ਆ, ਬਾਹਰ ਤਾਂ ਕਰਦੇ ਹੀ ਆ। ਸੋ ਇੱਕ ਤਾਂ ਇਹ ਹੈ ਕਿ ਇਹ ਫਨੋਮਨਾ ਜਿਹੜਾ ਆ ਇਹ ਸਾਡੇ ਜਿਹੜੇ ਯੂਥ ਹੈ ਉਹਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਜਿਹੜੇ ਪੋਲੀਟੀਕਲ ਲੋਕ ਨੇ ਇਹ ਕਿਸੇ ਦੇ ਸੱਕੇ ਨਹੀਂ, ਇਹ ਆਪਣੇ ਉਦੋਂ ਤੱਕ ਤੁਹਾਡੇ ਨਾਲ ਨੇ ਜਦੋਂ ਤੱਕ ਤੁਸੀਂ ਉਹਨਾਂ ਦੇ ਕੰਮ ਆਉਂਦੇ ਹੋ। ਅਸੀਂ ਦੇਖਿਆ ਆ ਕਿ ਜਿਹਨਾਂ ਪਿਛਲੇ ਦਿਨਾਂ 'ਚ ਗੈਂਗਸਟਰ ਮਾਰਿਆ ਗਿਆ ਮੋਹਾਲੀ ਦੇ ਨੇੜੇ ਅਤੇ ਉਹਨਾਂ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਸੋਸ਼ਲ ਮੀਡੀਆ 'ਤੇ, ਉਹ ਅਫੀਸ਼ੀਅਲੀ ਕਿਸੇ ਅਕਾਲੀ ਦਲ ਯੂਥ ਦਾ ਕੁਛ ਸੀਗਾ, ਅਹੁਦੇਦਾਰ ਵੀ ਸੀ। ਹਾਂ, ਅਤੇ ਜਿਸ ਟਾਈਮ ਉਹਦਾ ਸੰਸਕਾਰ ਹੋ ਰਿਹਾ ਸੀਗਾ, ਅੰਤਮ ਅਰਦਾਸ ਹੋ ਰਹੀ ਸੀਗੀ, ਅਤੇ ਉਸ ਟਾਈਮ ਜਿਹੜੇ ਉਹਨਾਂ ਦੇ ਸਿਆਸੀ ਲੀਡਰ ਸੀਗੇ ਉਹ ਜਿਨ੍ਹਾਂ ਦੇ ਨਾਲ ਫੋਟੋਆਂ ਖਿਚਾਉਂਦੇ ਸੀਗੇ ਉਹ ਉਸ ਟਾਈਮ ਲੱਡੂ ਵੰਡ ਰਹੇ ਸੀ ਕਿਸੇ ਸਮਾਗਮ ਦੇ ਵਿੱਚ। ਸੋ ਇਸ ਕਰਕੇ ਇਹ ਪੋਲੀਟੀਕਲ ਲੋਕ ਤਾਂ ਕਿਸੇ ਦੇ ਥੱਕੇ ਨਹੀਂ ਗਏ, ਇਹ ਤਾਂ ਆਪਣੀ ਪਾਵਰ ਵਰਤਣੀ ਹੈ। ਅਤੇ ਨੌਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਅੱਖਾਂ ਮੀਚ ਕੇ ਇਹਨਾਂ ਦੇ ਜਿਹੜੇ ਕਿਧਾੜੇ ਚੜ੍ਹ ਕੇ ਇਹਨਾਂ ਦੇ ਦਿਖਾਏ ਸੁਪਨਿਆਂ ਦੇ ਇਹਨਾਂ ਰਸਤਿਆਂ 'ਤੇ ਨਹੀਂ ਚੱਲਣਾ ਚਾਹੀਦਾ। ਇਹ ਜਿਹੜਾ ਆ ਇਹ ਇਹਨਾਂ ਦਾ ਜਿਹੜਾ ਦੇਖੋ ਲਾਈਫ ਬੜੀ ਥੋੜ੍ਹੀ ਹੁੰਦੀ ਹੈ, ਭਾਵੇਂ ਉਹ ਕੋਈ ਮਤਲਬ ਜਿਹੜਾ ਖਾੜਕੂ ਦਾ ਵਰਤਾਰਾ ਹੋਵੇ ਅਤੇ ਭਾਵੇਂ ਗੈਂਗਸਟਰ ਦਾ ਵਰਤਾਰਾ ਆ, ਇਹਦੇ ਵਿੱਚ ਲੰਮੀ ਕਿਉਂਕਿ ਟਕਰਾਅ ਤੁਹਾਡਾ ਸਟੇਟ ਨਾਲ ਹੈ, ਸਟੇਟ ਦੇ ਕੋਲ ਬਹੁਤ ਪਾਵਰ ਹੈ, ਤੁਸੀਂ ਕਿਤੇ ਨਾ ਕਿਤੇ ਤਾਂ ਕਾਬੂ ਆਉਣਾ ਆ। ਜਿੰਨਾ ਚਿਰ ਸਟੇਟ ਚਾਹੂਗੀ ਤੁਹਾਡੇ ਉਹਨਾਂ 'ਚ ਤੁਹਾਨੂੰ ਉਹ ਸਰਪ੍ਰਸਤੀ ਦਊਗੀ, ਜਦੋਂ ਤੁਸੀਂ ਉਹਦੇ ਕੰਮ ਦੇ ਨਾ ਰਹੇ ਜਾਂ ਰੁਕਾਵਟ ਪਏ ਉਹਦੇ ਕਿਸੇ ਮਸਲੇ 'ਚ ਉਦੋਂ ਤੁਹਾਨੂੰ ਖਤਮ ਕਰ ਦੂਗੀ। ਸੋ ਇਹੀ ਸਾਡੇ ਪੰਜਾਬ ਦੇ ਵਿੱਚ ਜਿਹੜਾ ਆ ਉਹ ਵਾਪਰ ਰਿਹਾ ਹੈ। ਬਾਕੀ ਹੈ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਆ, ਜਿਹੜਾ ਤੁਸੀਂ ਕਹਿ ਰਹੇ ਹੋ 3-4 ਚੈਨਲ ਬੰਦ ਕੀਤੇ ਆ ਫੇਸਬੁੱਕ 'ਤੇ, ਬੰਦ ਹੋਏ ਆ ਜਿਹੜੇ ਆ ਪੇਜ ਬੰਦ ਹੋਏ ਆ, ਇਹ ਕਿਉਂਕਿ ਅੱਜ ਕੱਲ੍ਹ ਸੈਫਟ ਜਿਹੜੇ ਸੋਫਟਵੇਅਰ ਬਣਾ ਦਿੱਤੇ ਆ ਏਜੰਸੀਆਂ ਨੇ, ਜਦੋਂ ਕੋਈ ਵਰਡ ਵਾਰ ਵਾਰ ਵਰਤਿਆ ਜਾਂਦਾ ਹੈ ਤਾਂ ਆਟੋਮੈਟਿਕ ਉਹ ਸਿਸਟਮ ਦੇ ਵਿੱਚ ਆ ਜਾਂਦਾ ਆ ਅਤੇ ਉਹ ਸਿਸਟਮ ਨੂੰ ਉਹ ਜਿਹੜਾ ਆ ਉਹ ਦੱਸ ਇੰਡੀਕੇਟ ਕਰਦਾ ਕਿ ਇਸ ਸਿਸਟਮ ਦੇ ਵਿੱਚ ਜਿਹੜਾ ਆ ਉਹ ਰਾਸ਼ਟਰੀ ਜਿਹੜੇ ਮੁੱਦੇ ਹੈ ਜਾਂ ਰਾਸ਼ਟਰੀ ਸੁਰੱਖਿਆ ਦੇ ਮਸਲੇ ਹੈ ਉਹਨਾਂ ਵਾਸਤੇ ਕੋਈ ਪ੍ਰੋਬਲਮ ਕ੍ਰੀਏਟ ਕਰਦੇ ਆ, ਜਾਂ ਅਸੀਂ ਕਹੀਏ ਸਰਕਾਰ ਦੇ ਪੋਲੀਟੀਕਲ ਜਿਹੜੇ ਇੰਟਰਸਟ ਆ ਉਹਨਾਂ ਨੂੰ ਕ੍ਰੈਸ਼ ਕਰਦੇ ਹੈਗੇ ਆ। ਸੋ ਇਸ ਕਰਕੇ ਜਿਹੜੇ ਆ ਇਹ ਚੈਨਲ ਹੈ ਜਿਹੜੇ ਉਹ ਬੰਦ ਹੋ ਸਕਦੇ ਆ, ਅਤੇ ਸਾਡੇ ਜਿਹੜੇ ਸੋਸ਼ਲ ਮੀਡੀਆ 'ਤੇ ਚਲਾ ਰਹੇ ਲੋਕ ਨੇ ਉਹਨਾਂ ਕੋਲ ਟੀਮ ਜਾਂ ਏਡੀ ਇਸ ਤਰ੍ਹਾਂ ਦੀ ਟ੍ਰੇਂਡ ਨਹੀਂ ਹੈਗੀ, ਸਕਿੱਲ ਨਹੀਂ ਹੈਗੀ, ਕਿਉਂਕਿ ਅੱਜ ਕੱਲ੍ਹ ਆਮ ਬੰਦਾ ਜਿਹੜਾ 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 ਯੂਟਿਊਬ ਚੈਨਲ ਬਣਾ ਕੇ ਜਾਂ ਆਪਣੇ ਉਹ ਸਾਰਾ ਸੋਸ਼ਲ ਮੀਡੀਆ ਵਰਤੋਂ ਕਰ ਰਿਹਾ ਆ, ਅਤੇ ਉਹਨਾਂ ਕੋਲ ਲੀਗਲ ਤੌਰ 'ਤੇ ਉਹ ਸਾਰੇ ਪਾਸਿਆਂ ਪੱਖਾਂ ਨੂੰ ਦੇਖਣ ਵਾਲੀ ਟੀਮ ਵੀ ਨਹੀਂ ਹੈਗੀ। ਸੋ ਕਈ ਵਾਰ ਉਹ ਲਾਪਰਵਾਹੀ 'ਚੋਂ ਗਲਤੀਆਂ ਹੋ ਜਾਂਦੀਆਂ ਨੇ, ਕਈ ਵਾਰ ਜੋਸ਼ 'ਚ ਹੋ ਜਾਂਦੀਆਂ ਨੇ, ਕੁਝ ਮੈਟਰ ਇਵੇਂ ਦਾ ਪਾਇਆ ਗਿਆ ਜਿਹਦੇ ਜਿਹੜਾ ਇਤਰਾਜ਼ਯੋਗ ਲੱਗਦਾ ਹੈਗਾ ਏਜੰਸੀਆਂ ਨੂੰ, ਇਸ ਕਰਕੇ ਫਿਰ ਉਹ ਬੰਦ ਹੋ ਜਾਂਦੇ ਆ। ਸੋ ਇਸ ਕਰਕੇ ਪਰੰਤੂ ਸੋਸ਼ਲ ਮੀਡੀਆ ਦਾ ਅਤੇ ਦੂਸਰੇ ਵੀ ਜਿਹੜੇ ਮੀਡੀਆ ਹੈਗਾ ਆ ਇਹਨਾਂ ਦਾ ਜਿਹੜਾ ਆ
वो आजादी बहुत जरूरी है जे तुसी लोकतंत्र दे विच जिउणा आ अपने फेस लोकतंत्र वाला रखना आ किसी स्टेट ने तो उहदे वास्ते इहदा स्ट्रोंग होना बहुत जरूरी है। सो असी तां सरकार नूं इही बेनती करदे हां कि अपनी आवाज़ रखण दा जिहड़ा आ हक है जिहड़ा उह प्रदान करना चाहिए जी। ते अगली जिहड़ी अखबार दी सुर्खियां बनी हुई है वह है मिशन किसानी तो लैके मिशन पंजाब दा सच। ते इहदे विच तीन घटनावां दा जिक्र किया गया है। ते पहली घटना जदों लुधियाना च अदानी लॉजिस्टिक्स बंद हुई सी ते काफ़ी सारे जिहड़े लोग सी ओह बेरोज़गार हो गए सन। इह दो हफ्ते दे विच विच दी घटनावां दस्सियां गईयां। ते दूजी घटना जदों संसद भवन दे परिसर दे मतलब बाहर श्रोमणी अकाली दल दी हरसिमरत कौर बादल ते कांग्रेस सांसद रवनीत बिट्टू दे विच तिखी बहस हुई सी, उहनां दी वीडियोज़ भी काफ़ी वायरल हो गईयां सीगियां, बहुत ही वड्डा मुद्दा बन गया सी इह। ते तीसरी घटना हरियाणा तों अंदोलन विच हुण तक जिहड़ी साडे ने भारतीय किसान यूनियन दे प्रधान ने जिहड़े गुरनाम सिंह चुड़ूनी, उहनां दा अलग पार्टी बनाना, ਇਹ ਤਿੰਨ ਮੁੱਦੇ ਚੱਕੇ ਗਏ ਨੇ ਤੇ ਕਹਿੰਦੇ ਇਹਦੇ ਕੀ ਵਜ੍ਹਾ ਹੈ? ਵਜ੍ਹਾ ਜੀ ਸਾਰੇ, ਜੇ ਅਸੀਂ ਸਾਰਿਆਂ ਦਾ ਇੱਕ ਨਿਚੋੜ ਕੱਢਣਾ ਹੋਵੇ ਤਾਂ ਇਹ ਹੈ ਕਿ ਜਿਹੜਾ ਪੋਲੀਟੀਕਲ ਸਿਸਟਮ ਹੈ ਇਹਦੇ ਤੋਂ ਲੋਕਾਂ ਦੀ ਨਿਰਾਸ਼ਾ ਹੋਈ ਹੈ। 70 ਸਾਲ ਵਿੱਚ ਲੋਕਾਂ ਨੂੰ ਕੀ ਹੈ ਕਿ ਬੰਦਲ ਬਦਲ ਗਏ ਹੈ, ਵਾਰ ਵਾਰ 5 ਸਾਲ ਬਾਅਦ ਠੱਗਿਆ ਜਾਂਦਾ ਆ। ਪੋਲੀਟੀਕਲ ਸਿਸਟਮ ਕੁਝ ਬੰਦਿਆਂ ਦੇ ਕੁਝ ਘਰਾਨਿਆਂ ਦੇ ਹੱਥ 'ਚ ਆ ਗਿਆ, ਇਹਦੇ ਵਿੱਚ ਆਮ ਬੰਦੇ ਲਈ ਜਗ੍ਹਾ ਨਹੀਂ ਹੈਗੀ। ਕਹਿਣ ਨੂੰ ਕਹਿ ਦਿੰਦੇ ਆ ਵੀ ਜਿਹੜਾ ਮਰਜ਼ੀ ਇਲੈਕਸ਼ਨ ਲੜ ਲਓ, ਪੋਲੀਟੀਕਲ ਬੰਦੇ ਕਹਿੰਦੇ ਆ ਜਦੋਂ ਕੋਈ ਰੌਲਾ ਪਾਉਂਦਾ ਕਹਿੰਦੇ ਸਾਡੇ ਨਾਲ ਇਲੈਕਸ਼ਨ ਲੜ ਲਓ ਆ ਕੇ। ਉਹਨਾਂ ਨੂੰ ਪਤਾ ਕਿ ਇਲੈਕਸ਼ਨ ਲੜਨਾ ਜਿਹੜਾ ਆ ਹੁਣ ਖਾਲਾ ਜੀ ਦਾ ਵਾੜਾ ਨਹੀਂ ਹੈਗਾ। ਹੁਣ ਬਹੁਤ ਸਾਰਾ ਇਹ ਮਹਿੰਗਾ ਸਿਸਟਮ ਬਣ ਗਿਆ, ਬਹੁਤ ਸਾਰੇ ਪੈਸੇ ਲੱਗਦੇ ਆ, ਉਹ ਆਮ ਬੰਦੇ ਕੋਲ ਪੈਸੇ ਹੈ ਨਹੀਂ, ਕਿਰਤੀ ਬੰਦੇ ਕੋਲ ਪੈਸੇ ਹੈ ਨਹੀਂ। ਹੁਣ ਇਹਨਾਂ ਨੇ ਅਫੀਸ਼ੀਅਲੀ ਤੌਰ 'ਤੇ ਅਲਾਓ ਕਰਤਾ ਕਿ ਇੰਨੇ ਕਰੋੜ ਲਾ ਸਕਦੇ ਹੋ, MLA ਇੰਨੇ ਲੱਖ ਲਾ ਸਕਦਾ ਆ। ਮੰਨ ਲਓ ਇਹਨਾਂ ਨੇ ਪਰਮਿਸ਼ਨ ਦਿੱਤੀ ਕਿ 50 ਲੱਖ ਬੰਦਾ ਲਾ ਸਕਦਾ MLA 'ਤੇ। ਉਹ 50 ਲੱਖ ਬੰਦਾ ਜਿਹੜਾ ਕੋਈ ਚੰਗਾ ਅਧਿਆਪਕ ਹੈ, ਚੰਗਾ ਹੋਰ ਕੋਈ ਵਿਚਾਰਾ ਜੋਬ ਕਰਦਾ ਬੰਦਾ ਆ, ਸਮਾਜ ਕਾਰਜਕਰਤਾ ਵੀ ਹੈਗਾ, ਉਹ ਤਾਂ ਸਾਰੀ ਜ਼ਿੰਦਗੀ 'ਚ ਜੋੜ ਨਹੀਂ ਸਕਦਾ ਇਹਨਾਂ ਹਾਲਾਤਾਂ ਦੇ ਵਿੱਚ। ਤਾਂ 50 ਲੱਖ ਰੁਪਈਆ ਕਿੰਨੇ ਖਰਚਣੇ ਆ? ਉਹਨੇ ਖਰਚਣਾ ਜਿਹਨੇ 2 ਨੰਬਰ ਦਾ ਕਿੱਤਾ ਕਰਕੇ ਪੈਸੇ ਪਹਿਲਾਂ ਕਮਾਏ ਆ ਅਤੇ ਅੱਗੇ ਕਮਾਉਣੇ ਆ, ਜਿਹਦਾ ਇਹ ਬਿਜ਼ਨਸ ਹੈ। ਉਸ ਕਰਕੇ ਇਹ ਜਿਹੜਾ ਆ ਪੋਲੀਟੀਕਲ ਸਿਸਟਮ ਦੀ ਫੇਲੀਅਰ 'ਚੋਂ ਨਿਕਲਿਆ ਹੋਇਆ ਆ। ਹੁਣ ਲੋਕਾਂ ਦਾ ਇੱਕ ਪ੍ਰੈਸ਼ਰ ਹੈ, ਸਾਰੀਆਂ ਹੀ ਕਿਸਾਨ ਯੂਨੀਅਨ ਉੱਤੇ ਇੱਕ ਪ੍ਰੈਸ਼ਰ ਹੈ। ਕਿਸਾਨ ਯੂਨੀਅਨਾਂ ਨੇ ਫੈਸਲਾ ਕੀਤਾ ਹੋਇਆ ਸੰਯੁਕਤ ਮੋਰਚੇ ਨੇ ਕਿ ਅਸੀਂ ਇਲੈਕਸ਼ਨਾਂ ਦੇ ਵਿੱਚ ਉਹ ਰਾਜਨੀਤੀ, ਇਲੈਕਸ਼ਨਾਂ ਵਾਲੀ ਰਾਜਨੀਤੀ ਹੈ ਜਿਹੜੀ ਉਹਦੇ 'ਚ ਸ਼ਾਮਲ ਨਹੀਂ ਹੋਣਾ। ਲੇਕਿਨ ਥੱਲੇ ਜਿਹੜਾ ਵਰਕਰ ਗਰਾਊਂਡ 'ਤੇ ਫਿਰਦਾ ਆ ਉਹ ਇਹ ਤਿੰਨਾਂ ਪਾਰਟੀਆਂ ਦੇ ਜਿਹੜੇ ਵਰਕਰ ਇਸ ਟਾਈਮ ਹੈਗੇ ਆ ਉਹਨਾਂ ਦੇ ਉਹ ਇਹਨਾਂ ਤੋਂ ਸੰਤੁਸ਼ਟ ਨਹੀਂ ਆ। ਉਹ ਚਾਹੁੰਦਾ ਆ ਕਿ ਇਹ ਮੈਨੂੰ ਵੱਖਰਾ ਕੋਈ ਬਦਲ ਮਿਲੇ, ਮੈਂ ਇਹ ਤਿੰਨਾਂ ਪਾਰਟੀਆਂ ਨੂੰ ਦੇ ਵਰਕਰਾਂ ਤੋਂ ਜਾਂ ਇਹਨਾਂ ਦੇ ਤੋਂ ਸੰਤੁਸ਼ਟ ਨਹੀਂ ਹੈਗਾ। ਅਤੇ ਉਹ ਜਦੋਂ ਐਜੀਟੇਸ਼ਨ ਕਿਸਾਨਾਂ ਨੇ ਲੜੀ ਹੈ ਅਤੇ ਉਹ ਕਿਸਾਨਾਂ 'ਚੋਂ ਭਾਲਦੇ ਹੈ, ਅਤੇ ਹੁਣ ਕਿਸਾਨਾਂ ਨੇ ਫੈਸਲਾ ਕੀਤਾ ਸੀ ਆਉਣਾ ਨਹੀਂ ਗਾ। ਹੁਣ ਚੰਡੂਨੀ ਸਾਹਿਬ ਦਾ ਥੋੜ੍ਹਾ ਜਿਹਾ ਪਿਛੋਕੜ, ਪਿਛਲੀ ਵਾਰੀ ਉਹਨਾਂ ਦੀ ਵਾਈਫ ਨੇ ਵੀ ਆਮ ਆਦਮੀ ਪਾਰਟੀ 'ਚੋਂ ਇਲੈਕਸ਼ਨ ਲੜੀ ਸੀ, ਆਪ ਵੀ ਉਹ ਜਿਹੜਾ ਆ ਹੁੱਡਾ ਸਾਹਿਬ ਦੇ ਬੜੇ ਨੇੜੇ ਰਹੇ ਹੈ। ਸੋ ਉਹਨਾਂ ਦੇ ਵਿੱਚ ਪੋਲੀਟੀਕਲ ਟੱਚ ਅਤੇ ਸਮਝ ਹੈਗੀ ਹੈ, ਅਤੇ ਅਧਿਕਾਰ ਤਾਂ ਹੈਗਾ ਹਰੇਕ ਬੰਦੇ ਨੂੰ ਇਲੈਕਸ਼ਨ ਲੜਨ ਦਾ, ਉਹ ਵੀ ਲੜ ਰਹੇ ਹੈ। ਲੇਕਿਨ ਇਹਦਾ ਸੌਖਾ ਕੰਮ ਨਹੀਂ ਹੈਗਾ, ਕਿਉਂਕਿ ਜਦੋਂ ਤੁਸੀਂ ਇਲੈਕਸ਼ਨਾਂ 'ਚ ਚਲੇ, ਜਦੋਂ ਤੁਸੀਂ ਹੁੰਦੇ ਹੋ ਸੰਘਰਸ਼ ਦੇ ਵਿੱਚ, ਉਦੋਂ ਹੋਰ ਤਰ੍ਹਾਂ ਦੇ ਲੋਕ ਤੁਹਾਨੂੰ ਸਪੋਰਟ ਕਰਦੇ ਆ, ਹੋਰ ਤਰ੍ਹਾਂ ਦੇ ਲੋਕ ਤੁਹਾਨੂੰ ਸਮਰਥਨ ਮਿਲਦਾ ਆ। ਜਦੋਂ ਤੁਸੀਂ ਪੋਲੀਟੀਕਲ ਲੋਕਾਂ ਦੇ ਵਿੱਚ ਮੈਦਾਨ 'ਚ ਆ ਗਏ, ਉਦੋਂ ਤੁਹਾਡੀ ਇੱਕ ਖਾਸ ਕਿਸਮ ਦੇ ਬੰਦਿਆਂ ਨਾਲ ਟਕਰਾਅ ਹੋਣਾ ਆ, ਅਤੇ ਤੁਹਾਡਾ ਸਾਰਾ ਉਹਨਾਂ ਨੇ ਜਿਹੜਾ ਬੈਕਗਰਾਊਂਡ ਹੈਗੀ ਹੈ ਉਹਦੀ ਪੁਣਛਾਣ ਕਰਨੀ ਹੈ, ਉਹਦਾ ਬੜੀ ਆਲੋਚਨਾ ਵੀ ਹੋਣੀ ਹੈ, ਸਾਰਾ ਕੁਛ ਬਾਹਰ ਲਿਆ ਕੇ ਲੋਕਾਂ ਨੇ ਡਿਸਕਸ ਕਰਨਾ ਆ। ਸੋ ਚੰਡੂਨੀ ਸਾਹਿਬ ਆਏ ਆ, ਉਹ ਬੜੇ ਨਤੜਕ ਲੀਡਰ ਹੈ, ਇਹਦੇ 'ਚ ਤਾਂ ਅਸੀਂ ਮੁਕਰ ਨਹੀਂ ਹੋ ਸਕਦੇ ਕਿ ਜਿਹੜਾ 25 ਨਵੰਬਰ ਨੂੰ ਲੋਕ ਉੱਥੇ ਪਹੁੰਚੇ ਹੈ ਜਾਂ ਨਾਕੇ ਤੋੜੇ ਹੈ, ਉਹਦੇ ਵਿੱਚ ਚੰਡੂਨੀ ਸਾਹਿਬ ਦੀ ਜਿਹੜੇ ਜੁਝਾਰੂ ਪੁਣਾ ਸੀਗਾ ਜਾਂ ਉਹਨਾਂ ਦਾ ਉਹ ਸਾਰਾ ਸੀਗਾ, ਉਹ ਨੇ ਕਿਸਾਨ ਸੰਘਰਸ਼ ਨੂੰ ਵੀ ਬੜਾ ਮਦਦ ਕੀਤਾ ਦਿੱਲੀ ਪਹੁੰਚਣ ਤੱਕ। ਲੇਕਿਨ ਸਾਰਾ ਕੁਛ ਪੋਲੀਟੀਕਲ ਧਿਰਾਂ ਦੇ ਵਿੱਚ ਇਹ ਨਹੀਂ ਹੁੰਦਾ, ਇਹਤੋਂ ਇਲਾਵਾ ਵੀ ਬਹੁਤ ਚੋਣਾਂ ਵਿੱਚ ਜਦੋਂ ਜਾਣਾ ਆ ਤੁਸੀਂ ਪੋਲੀਟੀਕਲ ਪਾਰਟੀ ਬਣਾਉਣੀ ਆ, ਬਹੁਤ ਕੁਝ ਹੋਰ ਵੀ ਚਾਹੀਦਾ ਹੁੰਦਾ ਤੁਹਾਨੂੰ, ਅਤੇ ਉਹ ਸਾਰੇ ਸਾਧਨ ਜਟਾ ਪਾਉਣਗੇ। ਅਸੀਂ ਤਾਂ ਉਹਨਾਂ ਨੂੰ ਕਹਿੰਦੇ ਹਾਂ ਕਿ ਆਸਵੰਦ ਆ ਕਿ ਉਹ ਕੋਈ ਪੋਲੀਟੀਕਲ ਧਿਰ ਬਣਾ ਕੇ ਕਾਮਯਾਬ, ਕਿਉਂਕਿ ਲੋੜ ਹੈਗੀ ਹੈ ਇਸ ਟਾਈਮ। ਇੱਕ ਖਲਾਅ ਹੈਗਾ ਆ, ਉਹ ਖਲਾਅ ਭਰਨ, ਪੋਲੀਟੀਕਲੀ ਖਲਾਅ ਜਿਹੜਾ ਭਰਨ ਲਈ ਜਿਹੜੇ ਆ ਲੋਕ ਚਾਹੁੰਦੇ ਆ ਕੋਈ ਪਾਰਟੀ, ਕੋਈ ਗਰੁੱਪ ਇਵੇਂ ਦਾ ਆਵੇ ਜਿਹਦੇ 'ਤੇ ਉਹ ਵਿਸ਼ਵਾਸ ਕਰ ਸਕਣ। ਉਹ ਗਰੁੱਪ ਚੰਡੂਨੀ ਸਾਹਿਬ ਵਾਲਾ ਹੋ ਸਕਦਾ ਕਿ ਨਹੀਂ ਹੋ ਸਕਦਾ, ਜਾਂ ਹੋਰ ਨਵਾਂ ਕੋਈ ਆਏਗਾ, ਇਹ ਤਾਂ ਸਮਾਂ ਹੀ ਦੱਸੇਗਾ। ਲੇਕਿਨ ਇਹ ਜਿਹੜੇ ਇਹਦੇ ਵਿੱਚ ਸਪੇਸ ਬਣਦੀ ਜ਼ਰੂਰੀ ਹੈ ਪੋਲੀਟੀਕਲ ਉਹਨਾਂ ਸੰਘਰਸ਼ਸ਼ੀਲ ਬੰਦਿਆਂ ਦੀ, ਕਿਉਂਕਿ ਜਿਹੜੀਆਂ ਸਾਡੇ ਕੋਲ
तीन धिर ने व्डिया जिहड़ियां प्लेयर ने सर ए मैदान दे विच पिछोकड़ भावें संघर्ष वाला आ पर उन्होंने संघर्ष छड्डिया जिवें श्रोमणी अकाली दल आ श्रोमणी अकाली दल ने पिछले 35-40 सालों तो संघर्ष छड्ड दिता है ते संघर्ष चो तुहानू वर्कर मिलने हुंदे आ संघर्ष तो तुहानू सपोर्ट मिलनी हुंदी आ जदों तुसीं ओह रस्ता ही छड्ड दिता आ संघर्ष कीता नहीं उहदे नाल तुहाडे नाल कहड़े लोग जुड़ गए जिहड़े सत्ता दा आनंद मानण वाले आ जिहड़े पैसे कमाउण वाले आ ओह जुड़े होए आ जेलां कट्टण वाले जां अपने पिंडे ते संताप हंडाउण वाले बंदे नहीं है ते कांग्रेस कोल काफ़ी चिर तों जिहड़े है नहीं गए क्योंकि ओह सत्ता जिहने इह इक हैगा आ एक फनोमना एक किस्म का जो तुम सतह के नेड़े चले जाओगे सतह का भोगोगे तो थोड़े संघर्ष लड़न की जी समर्था वह घट जाएगी वो यही होया कांग्रेस यही श्रोमणी अकाली दल ना होया क्योंकि आम आदमी पार्टी संगत लाइव थोड़ा स्वागत अपना नाम दसो बलिहार सिंह रंधावा मेरा नाम बेटा जी जी बलिहार सिंह जी वाहेगुरु जी का खालसा वाहेगुरु जी की फतेह जी हाँ जी प्रोग्राम सुन रहे हैं मैं तो सिर्फ टाइम पे सुना दिंदा जो डॉक्टर खुशहाल सिंह उन्होंने गल कही है ना एदी ता मैं बैकअप करदा इस वेले विदेशां दे विच क्योंकि खास करके जिन्ना भी समुचा पंजाबी नाल संघर्ष नाल भाईचारा जुड़िया होया उन्हां दे दिलां दी धड़कन नूं जिहड़े ने सामने पछाणिया उजागर करने लई चडूनी साहब ने जो फैसला दिता मैं नहीं कहता भी चडूनी साहब आप इलेक्शन लड़नी आ पर यह जदों तक राजताज वालियां नूं यह फिक्र ना होवे साडे राजताज नूं हाथ पैरे उदों तक उह तुहाडी गल नहीं सुणगे उम्मीद है पंजाब दे विच विदेशां दे विच क्योंकि मैं बोलदा इस विषय उत्ते सारे चैनलों से बोलदा विदेशां दे विच चडूनी साहब दे फैसले दा उहनां दे बयान दा भरमा स्वागत कीता गया मैं सिर्फ इन्नी गल कहनी सी भई अगले दिनां दे विच किहो जिही हमायत आउंदी आ इह वी खुशहाल साहब डाक्टर साहब नूं पता भई विदेशां दे विचों जिहड़ी हमायत मिल रही सी उह क्यों बंद होई आ क्यों विदेशां दे विच अगे इतने इंग्लैंड की पार्लीमेंट में कनेडा अमरीका सारिया पार्लीमेंटेरियन लोग जोड़े से किसान उठ उठ के बोलते साडे इंग्लैंड की पार्लीमेंट के मुद्दा उठाया तन मन ने हुण क्यों चुप्पिया उहदा कारण की आ हुण दुबारा मुड़ के क्योंकि मेरा काफी लिंक है इतने हुण दुबारा मुड़ के उत्साह जग गया वो एक तो चडूनी साहब के बयान से दूजा जिहड़ा दीप सिद्धू पंजाब में सरकार हो रहा मैं इन्नी गल कहनी सी उम्मीद आ जिहड़ियां 2022 दीआं चोणां आ इहदे विच कोई कोई ना कोई उत्साहजनक हुलारा मिलूगा इहदे असीं बैकअप करदे आ तुहानूं धन्नवाद कर रहे चडूनी साहब दा इन्नी गल बेटा जी मैं कहणी सी वाहिगुरू जी का खालसा वाहिगुरू जी की फतेह जी हाँ जी जी असी गल कर रहे थे सारी के जिन्ना इन्होंने दरखत बलिहार ने भी जी गल की उस इना ही मिलती हैगी है कि आने वाले समय क्योंकि मैं आप गल कर रही संघर्ष की संघर्ष का एक जरा एक पहलू यह भी है जो बहुत घट विचारिया जाता है कि जदों तो संघर्ष आरंभ होया जी आत्म हत्यावान किसानों के मजदूर दिया उन्होंने वीड्डी गिरावट आई है उहदे विच गिरावट आई है सो यह होप हुंदी है जदों यह होप हुंदी हैगी है तो वह तुहाडे जिहड़ी निराशा हुंदी है वह उन्होंने उत्ते कंट्रोल करदी काफ़ी हाल तक है जी खुशहाल सिंह जी मैंने इत्थे टोकना पेगा क्योंकि जिहड़ा सारा प्रोग्राम का समय समाप्त हो चुका है प्रोग्राम देख रहे सारे दर्शकों का बहुत बहुत शुक्रिया तो खुशहाल सिंह जी तुहाडा भी सारे प्रोग्राम जाने लई बहुत बहुत शुक्रिया धन्यवाद